ਸ਼੍ਰੀ ਮੁਕਤਸਰ ਸਾਹਿਬ ਵਿਖੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ, ਜਿਸ ਵਿੱਚ ਸਮੂਹ ਆੜ੍ਹਤੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤੀ ਕਪਾਹ ਨਿਗਮ ਨੇ ਕਿਸਾਨਾਂ ਤੋਂ ਸਿੱਧੀ ਨਰਮੇ ਦੀ ਫਸਲ ਖਰੀਦਣੀ ਬੰਦ ਨਾ ਕੀਤੀ ਤਾਂ ਸਮੂਹ ਆੜ੍ਹਤੀਏ CCI ਦੇ ਦਫ਼ਤਰਾਂ ਦਾ ਘਿਰਾਓ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ, ਪਰ ਉਸ ਉੱਤੇ ਅਮਲ ਨਹੀਂ ਹੋਇਆ ਹੈ ਅਤੇ ਜੇਕਰ CCI ਫੈਕਟਰੀਆਂ ਵਿੱਚ ਸਿੱਧਾ ਨਰਮਾ ਲਵਾਉਂਦੀ ਹੈ ਤਾਂ ਆੜ੍ਹਤੀਏ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਅੱਜ ਦੀ ਮੀਟਿੰਗ ਸਾਡੀ ਮੇਨ ਜਿਹੜਾ ਕੋਟਨ ਬੈਲਟ ਇਲਾਕਾ ਸਾਡਾ ਮਾਲਵੇ ਦਾ, ਉਹਨਾਂ ਦੇ ਜਿਹੜੀ ਕੋਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਪਿਛਲੇ ਸਾਲ ਤੋਂ ਸਿੱਧੀ ਖਰੀਦ ਦਾ ਉਪਰਾਲਾ ਕੀਤਾ ਹੈ, ਸਰਕਾਰ ਤੋਂ ਇਜਾਜ਼ਤ ਲਈ ਹੈ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਆੜ੍ਹਤ ਨਹੀਂ ਦਿੰਦੇ, ਪੰਜਾਬ 'ਚ ਆੜ੍ਹਤ ਨਹੀਂ ਦੇਣੀ। ਇਹ ਪਿਛਲੇ ਸਾਲ ਵੀ ਅਸੀਂ ਬੇਨਤੀ ਕੀਤੀ ਸੀ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਉਸ ਸਮੇਂ ਚਿੱਠੀ ਵੀ ਲਿਖੀ, ਲੇਕਿਨ ਕੇਂਦਰ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕੀ। ਪਰ ਪਿਛਲੀ ਵਾਰੀ ਕਿਉਂ ਹੋਇਆ ਕਿ CCI ਦੇ ਬਰਾਬਰ ਰੇਟ ਮਾਰਕੀਟ ਦੇ 'ਚ ਰਹੇ, ਜਿਹਦੇ ਕਰਕੇ ਸਾਨੂੰ ਦਿੱਕਤ ਨਹੀਂ ਆਈ। ਪਰ ਅੱਜ ਮਾਰਕੀਟ ਦੇ 'ਚ ਇੰਟਰਨੈਸ਼ਨਲ ਮਾਰਕੀਟਾਂ ਦੇ ਉੱਤੇ ਚੱਲਦੀ ਹੈ ਜਿਹੜੀ ਨਰਮਾ ਕਪਾਹ, ਉਹਦੇ ਸਲੰਬ ਆਉਣ ਕਰਕੇ 200-300 ਰੁਪਏ ਰੇਟ ਘੱਟ ਹੈ। ਅਤੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਅਸੀਂ ਤਾਂ ਮੰਡੀਆਂ ਦੇ ਵਿੱਚੋਂ ਖਰੀਦਣ ਦੀ ਬਜਾਏ ਆਪਣੀਆਂ ਫੈਕਟਰੀਆਂ 'ਚ ਮਾਲ ਸਟਾਵਾਂਗੇ। ਦੇਖੋ, ਜੇ ਸਿੱਧਾ ਫੈਕਟਰੀਆਂ ਦੇ ਵਿੱਚ ਮਾਲ ਜਾਂਦਾ ਹੈ ਤਾਂ ਮੰਡੀ ਬੋਰਡ ਦਾ ਜਿਹੜਾ ਐਕਟ ਹੈ ਉਹ ਸਾਰਾ ਖਤਮ ਹੋ ਜਾਂਦਾ ਹੈ, ਕਿਉਂਕਿ ਮੰਡੀਆਂ ਦੇ ਵਿੱਚ ਕਿਸਾਨ ਦਾ ਤੈਸ਼ੀ ਬੈਠਾ ਆੜ੍ਹਤੀ ਆ। CCI ਜੇ ਉੱਥੇ ਖਰੀਦੀ ਹੈ ਉਹ ਟੱਚ ਵੀ ਲਾ ਸਕਦੀ ਹੈ ਮੋਕਚਰ ਦਾ, ਤੋਲਾਂ ਦੇ ਵਿੱਚ ਵੀ ਫਰਕ ਪਾ ਸਕਦੀ ਹੈ, ਕੰਡਿਆਂ ਦੇ ਵਿੱਚ ਫਰਕ ਪਾ ਸਕਦੀ, ਕਿਉਂ ਅਸੀਂ ਵੇਖਿਆ ਵੀ ਸਾਡਾ ਝੋਨਾ ਮੰਡੀਆਂ ਦੇ ਵਿੱਚੋਂ ਜਾਂਦਾ, ਸਰਕਾਰ ਦੇ ਗੋਦਾਮਾਂ 'ਚ ਜਾਵੇ ਜਾਂ ਸੈਲਰਾਂ 'ਤੇ ਜਾਵੇ, ਉੱਥੇ ਜਾ ਕੇ ਸਾਨੂੰ ਕਹਿੰਦੇ ਤੁਹਾਡੀ 3 ਕੁਇੰਟਲ ਸ਼ੋਰਟੇਜ, 4 ਕੁਇੰਟਲ ਸ਼ੋਰਟੇਜ, ਜਦੋਂ ਅਸੀਂ ਜਾ ਕੇ ਚੈੱਕ ਕਰਾਉਂਦੇ ਹਾਂ ਸ਼ੋਰਟੇਜ 30 ਕਿਲੋ ਵੀ ਨਹੀਂ ਹੁੰਦੀ। ਇਹੋ ਜਿਹਾ ਕੁਛ ਕਿਸਾਨ ਨਾਲ ਵਾਪਰ ਸਕਦਾ। ਅਸੀਂ ਕਿਸਾਨ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਾਂ ਇਹ ਅੱਜ ਮੀਟਿੰਗ ਕੀਤੀ ਹੈ। ਸਾਰੇ ਮੇਰੇ ਜਿਹੜੇ ਕੋਟਨ ਬੈਲਟ ਦੇ ਆੜ੍ਹਤੀਏ ਨੇ, ਸਾਡੇ ਡਿਸਟ੍ਰਿਕਟ ਪ੍ਰੈਜੀਡੈਂਟ ਨੇ, ਉਹ ਵੀ ਸੱਦੇ ਆ, ਮੰਡੀਆਂ ਦੇ ਪ੍ਰਧਾਨ ਵੀ ਸੱਦੇ ਆ, ਉਹਨਾਂ ਦਾ ਵਿਚਾਰ ਵਟਾਂਦਰਾ ਕਰਕੇ ਜਿਸ ਤਰ੍ਹਾਂ ਦਾ ਇਹ ਹੁਕਮ ਦੇਣਗੇ ਅਸੀਂ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਾਂਗੇ। ਉਹਦੇ ਵਾਸਤੇ ਟਾਈਮ ਅੱਜ ਡੇਟ ਫਿਕਸ ਕਰਾਂਗੇ, ਵੀਰਵਾਰ ਜਾਂ ਸ਼ੁੱਕਰਵਾਰ, ਕੱਲ੍ਹ ਜਾਂ ਪਰਸੋਂ 2 ਦਿਨਾਂ ਦੇ ਵਿੱਚ ਉਹਨਾਂ ਨੂੰ ਮਿਲਾਂਗੇ ਅਸੀਂ 5-10-20 ਮੈਂਬਰ ਲੈ ਕੇ। ਜੇ ਸਾਡੀ ਉਹ ਗਲਤ ਸੁਣਵਾਈ ਨਹੀਂ ਹੁੰਦੀ ਅਸੀਂ CCI ਦੇ ਦਫ਼ਤਰਾਂ ਦਾ ਘਿਰਾਓ ਵੀ ਕਰਾਂਗੇ, ਜਿਹੜੀਆਂ ਇੱਕ ਫੈਕਟਰੀਆਂ ਉਹਨਾਂ ਕਿਰਾਏ 'ਤੇ ਲਈਆਂ ਸੀ ਉਹਨਾਂ ਦਾ ਵੀ ਘਿਰਾਓ ਕਰਾਂਗੇ ਜਾ ਕੇ, ਕਿਉਂਕਿ ਸਾਡੀ ਰੋਟੀ ਰੋਜ਼ੀ ਦਾ ਸਵਾਲ ਹੈ। ਅਸੀਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਾਉਣਾ ਚਾਹੁੰਦੇ ਹਾਂ ਕਿ ਪੰਜਾਬ ਮੰਡੀ ਬੋਰਡ ਨੇ, ਨਿਊ ਮੰਡੀ ਟਾਊਨਸ਼ਿਪ ਬੋਰਡ ਨੇ ਮੰਡੀਆਂ ਦੇ ਵਿੱਚ ਨਿਲਾਮੀ 'ਚ ਦੁਕਾਨਾਂ ਵੇਚੀਆਂ ਕਰੋੜਾਂ ਰੁਪਈਆਂ ਦੀਆਂ। ਅਸੀਂ ਲੋਕਾਂ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਦੁਕਾਨਾਂ ਲਈਆਂ, ਉਹ ਦੁਕਾਨਾਂ ਤਾਂ ਲਈਆਂ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਫਸਲਾਂ ਆਣ ਕੇ ਵਿਕਣਗੀਆਂ। ਜੇ ਉਹ ਫਸਲਾਂ ਨਹੀਂ ਵਿਕਣੀਆਂ ਤਾਂ ਸਰਕਾਰਾਂ ਦੀਆਂ ਦੁਕਾਨਾਂ ਵਾਪਸ ਲਵੇ, ਸਾਡੇ ਪੈਸੇ ਮੋੜੇ। ਸਰਕਾਰ ਨੇ ਕਰੋੜਾਂ ਰੁਪਈਏ ਸਾਡੇ ਟੈਕਸ ਦੇ ਲੈ ਕੇ, ਕਿਸਾਨਾਂ ਦੇ ਫਸਲਾਂ ਦਾ ਟੈਕਸ ਲੈ ਕੇ ਮੰਡੀਆਂ ਬਣਾਈਆਂ, ਪਲੇਟਫਾਰਮ ਬਣਾਏ ਆ, ਸ਼ੈੱਡ ਬਣਾਏ ਆ, ਹੋਰ ਮੁਲਾਜ਼ਮ ਰੱਖੇ ਆ, ਅਤੇ ਜੇ ਸਿੱਧਾ ਕਮਰੇ 'ਚ ਪੈ ਕੇ ਜ਼ਿਮੀਦਾਰ ਲੁੱਟਣਾ, ਅਸੀਂ ਇਹ ਲੁੱਟ ਘਸੁੱਟ CCI ਦਾ ਨਹੀਂ ਹੋਣ ਦੇਵਾਂਗੇ। ਕੇਂਦਰ ਸਰਕਾਰ ਦਾ ਜਿਹੜਾ ਉਪਰਾਲਾ ਹੈ ਇਹ ਕਿਸਾਨ ਮਾਰੂ ਹੈ, ਅਸੀਂ ਇਹਦੇ ਖਿਲਾਫ਼ ਲੜਾਈ ਲੜਾਂਗੇ। ਉਸ ਲੜਾਈ ਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਮੈਂ ਪੰਜਾਬ ਦੇ ਆੜ੍ਹਤੀਆਂ ਦੀ ਆਵਾਜ਼ ਉਠਾਊਂਗਾ, ਖਾਸ ਕਰਕੇ ਜਿਹੜਾ ਕੋਟਨ ਦੀ ਅੱਜ ਸਾਡੇ ਉੱਪਰ ਇੱਕ ਆਫਤ ਆਈ ਹੈ ਉਹਦੀ ਲੜਾਈ ਵਾਸਤੇ ਮੈਂ ਪਿੱਛੇ ਨਹੀਂ ਹਟੂੰਗਾ।